ਕੀ 12-15 ਲੱਖ ਰੁਪਇਆ ਲਾ ਕੇ ਤੁਸੀਂ ਨਾਓ ਟਰੈਕਟ ਪੁਰਤਗਾਲ ਦਾ ਨਾ ਤਾਂ ਵਰਕ ਵੀਜ਼ਾ ਲੱਗਦਾ ਤੇ ਅੱਜ ਕੱਲ ਦੇ ਟਾਈਮ ਟੂਰਿਸਟ ਵੀਜ਼ਾ ਵੀ ਥੋੜਾ ਜਿਹਾ ਘਟਾਇਆ ਵਾ ਹੋ ਸਕਦਾ ਹੁਣ ਟਾਈਮ 'ਚ ਵਧ ਜਾਈਏ ਕੋਰੋਨਾ ਕਰਕੇ ਤੁਹਾਨੂੰ ਪਤਾ ਹੀ ਆ ਕਿ ਹਾਲਾਤ ਕਿਦਾਂ ਦੇ ਚੱਲ ਰਹੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਅਸਲਾਮ ਵਾਲੇਕੁਮ ਗੁੱਡ ਮਾਰਨਿੰਗ ਗੁੱਡ ਈਵਨਿੰਗ ਤੇ ਜਿਵੇਂ ਵੀ ਤੁਸੀਂ ਵੀਡੀਓ ਨੂੰ ਵੇਖੋਗੇ ਤੇ ਮੇਰਾ ਨਾ ਜੀ ਹਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ 47 YouTube ਚੈਨਲ ਤੇ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਤੇ ਅੱਜ ਦੀ ਵੀਡੀਓ ਥੰਬਨੇਲ ਤੁਸੀਂ ਦੇਖ ਹੀ ਲਿਆ ਕਿ ਪੁਰਤਗਾਲ ਦੇ ਨਾਮ ਤੇ ਕਿਵੇਂ ਠੱਗੀ ਵਾਈਦੀ ਆਪਣੇ ਨਾ ਤੇ ਇਸ ਵੀਡੀਓ 'ਚ ਆਪਾਂ ਗੱਲਾਂ ਕਰਾਂਗੇ ਜੀ ਪੁਰਤਗਾਲ ਦੇ ਵਿੱਚ ਹੁਣ ਮੌਜੂਦਾ ਹਾਲਾਤ ਕੀ ਆ ਤੇ ਕਰੋਨਾ ਦੇ ਹਾਲਾਤ ਕੀ ਆ ਤੇ ਕਿੰਨੇ ਟਾਈਮ 'ਚ ਪੇਪਰ ਬਣ ਜਾਂਦੇ ਆ ਤੇ ਤੁਹਾਡੇ ਨਾਲ ਠੱਗੀ ਕਿੰਦਾ ਵਜਦੀ ਆ ਤੇ ਸਭ ਤੋਂ ਜ਼ਿਆਦਾ ਸਵਾਲ ਪੁੱਛਿਆ ਜਾਂਦਾ ਵਾ ਕਿ ਬਾਈ ਕੋਈ ਏਜੰਟ ਦਾ ਕੁਝ ਵੀ ਆ ਮੈਂ ਪਹਿਲੀ ਗੱਲ ਕਲੀਅਰ ਕਰ ਦਿੰਦਾ ਵਾਂ ਕਿ ਮੈਂ ਨਾ ਕੋਈ ਏਜੰਟਾਂ ਦੇ ਨਾਲ ਕੁਛ ਆ ਠੀਕ ਆ ਮੇਰਾ ਸਭ ਸਿਰਫ ਫਰਜੇ ਆ ਕਿ ਮੈਂ ਵੀਡੀਓ ਬਣਾ ਕੇ ਇੱਕ ਅਵੇਅਰਨੈਸ ਦੇ ਰਿਹਾ ਵਾਂ ਠੀਕ ਆ ਜੋ ਮੈਂ ਪਹਿਲਾਂ ਇੰਡੀਆ ਚੀਜ਼ਾਂ ਫੇਸ ਕੀਤੀਆਂ ਉਹ ਹੀ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਵਾਂ ਠੀਕ ਆ ਤੇ ਹੋਪ ਆ ਵੀਡੀਓ ਚ ਮੈਂ ਤੁਹਾਡੀਆਂ ਕਾਫੀ ਜ਼ਿਆਦਾ ਡਾਊਟਸ ਕਲੀਅਰ ਕਰ ਦੂੰਗਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਵਧੀਆ ਲੱਗੀ ਜ਼ਰੂਰ ਸ਼ੇਅਰ ਕਰਿਓ ਠੀਕ ਆ ਜਿੰਨਾਂ ਲੱ ਲੱਗਦਾ ਕਿ ਕਿਸੇ ਦੀ ਹੈਲਪ ਹੋ ਸਕੇ ਸੋ ਬਾਲਾ ਟਾਈਮ ਨਹੀਂ ਖਰਾਬ ਕਰਨਾ ਜੀ लेट्स स्टार्ट ਦਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੁਰਤਗਾਲ ਬਾਰੇ ਪੁਰਤਗਾਲ ਬਾਰੇ ਅਗਰ ਜੇਕਰ ਤੁਸੀਂ ਕੁਝ ਚੰਗੀ ਤਰ੍ਹਾਂ ਜਾਣਨਾ ਵੀ ਕਿੰਨੇ ਟਾਈਮ ਚ ਕਿੰਨੇ ਪੇਪਰ ਬਣ ਜਾਂਦੇ ਆ ਕੀ ਕੀ ਡਾਕੂਮੈਂਟਸ ਵਗੈਰਾ ਲੱਗਦੇ ਆ ਤਾਂ ਤੁਸੀਂ ਆ ਉੱਪਰ ਫਲੈਸ਼ ਹੋ ਰਿਹਾ ਵਾ ਆ ਵੀਡੀਓ ਨੂੰ ਜ਼ਰੂਰ ਦੇਖਿਓ ਠੀਕ ਆ ਪਹਿਲਾਂ ਵੇਖ ਲਿਓ ਬਾਅਦ ਚ ਵੇਖ ਲਿਓ ਵੀਡੀਓ ਨੂੰ ਜ਼ਰੂਰ ਦੇਖਿਓ ਵੀਡੀਓ ਵੇਖ ਕੇ ਤੁਹਾਨੂੰ ਸਾਰੇ ਡਾਊਟਸ ਕਲੀਅਰ ਹੋ ਜਾਣੇ ਆ ਸੋ ਗੱਲ ਕਰਦੇ ਆ ਜੀ ਪੁਰਤਗਾਲ ਦੇ ਵਿੱਚ ਅੱਜ ਕੱਲ ਦੇ ਹਾਲਾਤ ਕੀ ਆ ਅੱਜ ਕੱਲ ਦੇ ਹਾਲਾਤੇ ਆ ਕਿ ਪਿੱ ਹੌਲੀ ਹੌਲੀ ਖੁੱਲ ਰਿਹਾ ਵਾ ਤੇ ਲਾਕਡਾਊਨ ਸਿਸਟਮ ਖੁੱਲ ਹੀ ਗਿਆ ਵਾ ਆਲਮੋਸਟ ਤੇ ਸਭ ਲੋਕ ਕੰਮ ਕਾਰਾ ਵੀ ਕਰ ਰਹੇ ਆ ਤੇ ਰੈਸਟੋਰੈਂਟ ਵਗੈਰਾ ਵੀ ਖੁੱਲ ਗਏ ਆ ਸਾਰਾ ਕੁਝ ਤੇ ਪੇਪਰ ਪੂਪਰ ਵੀ ਲਗਾਤਾਰ ਲੱਗ ਰਹੇ ਆ ਠੀਕ ਆ ਤੇ ਸੋ ਇਹ ਚੀਜ਼ ਆਪਣੇ ਮਾਈਂਡ ਚ ਨਾ ਹੋਊ ਕਿ ਕੋਈ ਇਹੋ ਜੀ ਪ੍ਰੋਬਲਮ ਆਈ ਆ ਠੀਕ ਆ ਸੋ ਇਹੋ ਜੀ ਪ੍ਰੋਬਲਮ ਨਹੀਂ ਆਉਣੀ ਪੇਪਰ ਵਗੈਰਾ ਵੀ ਸਭ ਕੁਝ ਖੁੱਲੇ ਹੋਏ ਆ ਸਭ ਤੇ ਪੇਪਰ ਬਣ ਵੀ ਰਿਹਾ ਮੇਲਾ ਵੀ ਆ ਰਹੀਆਂ ਵਾ ਲੋਕਾਂ ਨੂੰ ਡੇਟ ਵੀ ਮੈ ਲਈ ਆ ਫਿੰਗਰਾਂ ਦੀ ਠੀਕ ਆ ਪਿੱਛੇ ਸੈਫ ਖੁੱਲੀ ਵੀ ਸੀ ਸੋ ਏ ਮੌਜੂਦਾ ਹਾਲਾਤ ਆਈ ਪੁਰਤਗਾਲ ਦੇ ਵਿੱਚ ਸੋ ਪੁਰਤਗਾਲ ਤੁਹਾਨੂੰ ਕਹਿੰਦਾ ਕਿ ਪੁਰਤਗਾਲ ਦੇ ਵਿੱਚ ਇਹ ਆ ਜਾਂ ਉਹ ਆ ਉਹ ਕੁਝ ਵੀ ਆ ਸਮਥਿੰਗ ਲਾਈਕ 댓 ਆ ਸਭ ਤੁਸੀਂ ਇਹਨਾਂ ਦੀਆਂ ਗੱਲਾਂ ਚਰਾਓ ਤੁਸੀਂ ਵਧੀਆ-ਵਧੀਆ ਬੰਦਿਆਂ ਦੀ YouTube ਤੇ ਵੀਡੀਓਜ਼ ਵੇਖੋ ਮੈਂ ਇਹ ਨਹੀਂ ਕਹਿੰਦਾ ਕੱਲੀਆਂ ਮੇਰੀਆਂ ਵੇਖੋ ਜਾਂ ਕਿਸੇ ਹੋਰ ਦੀਆਂ ਵੇਖੋ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਦੀ ਤੁਸੀਂ YouTube ਤੇ ਵੀਡੀਓ ਵੇਖ ਸਕਦੇ ਆ ਜਿਹੜੇ ਵਧੀਆ ਅਵੇਅਰਨੈਸ ਦਿੰਦੇ ਆ ਕਈ ਲੋਕ ਆਪਦਾ ਬਿਜ਼ਨਸ ਵੀ ਕਰਦੇ ਆ ਸੋ ਇਸ ਚੀਜ਼ ਤੋਂ ਵੀ ਜ਼ਰੂਰ ਧਿਆਨ ਰੱਖਿਆ ਕਰੋ ਕਿ ਆਪਣਾ ਬਿਜ਼ਨਸ ਕਰਦੇ ਆ ਆਪਾਂ ਇਹ ਨਹੀਂ ਯਰ ਦੀ ਡਰਾਟ ਨਾ ਹੋ ਜਾ ਕਰੋ ਕਿ ਕੋਈ ਬੰਦਾ ਤੁਹਾਨੂੰ ਕਵੇ ਕਿ ਹਾਜੀ ਬਾਈ ਜੀ ਮੈਂ ਤੁਹਾਡਾ ਬਲਾਗ ਦਿਨਾ ਤੇ ਚੱਕ ਟੱਕ ਦੇਣੀ ਉਹਨੂੰ ਤੁਸੀਂ ਆਪਣਾ ਪਾਸਪੋਰਟ ਦੇ ਦਿਓ ਤੇ ਪੈਸੇ ਦੇ ਦਿਓ ਠੀਕ ਆ ਸੋ ਇਹੋ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਸੋ ਕੋਈ ਵੀ ਕੋਈ ਵੀ ਬੰਦਾ YouTube ਤੇ ਵੀਡੀਓ ਇਸ ਕਰਕੇ ਪਾਉਂਦਾ ਹੁੰਦਾ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਉਹਦਾ ਫਾਇਦਾ ਹੀ ਹੋਵੇ ਸੋ ਠੀਕ ਆ ਸੋ ਇਹ ਚੀਜ਼ਾਂ ਦਾ ਜੁਰੂਰ ਧਿਆਨ ਰੱਖਿਆ ਕਰੋ ਸੋ ਇਹ ਚੀਜ਼ਾਂ ਦਾ ਜੁਰੂਰ ਧਿਆਨ ਰੱਖਿਆ ਕਰੋ ਤੇ ਵਧੀਆ-ਵਧੀਆ ਬੰਦਿਆਂ ਨੂੰ ਸੁਣਿਆ ਕਰੋ ਠੀਕ ਆ ਸੋ ਉਹ ਮੈਂ ਕਹਿ ਰਿਹਾ ਸੀ ਕਿ ਤੁਸੀਂ ਇਹੋ ਜਿਹੀਆਂ ਗੱਲਾਂ ਤੇ 네ਗੇਟਿਵ ਗੱਲਾਂ ਤੇ ਨਾ ਧਿਆਨ ਦਿਓ ਠੀਕ ਆ ਕਿ ਕੋਈ ਕਹੇ ਕਿ ਨਹੀਂ ਇਦਾਂ ਹੋ ਗਿਆ ਇਦਾਂ ਹੋ ਗਿਆ ਜੋ ਕੁਝ ਵੀ ਆ ਪਿੱਛੇ ਜੇ ਮੈਨੂੰ 2-4 ਬੰਦੇ ਨੇ ਸਵਾਲ ਵੀ ਪੁੱਛੇ ਸੀ ਕਿ ਕੀ ਕੀ ਇਦਾਂ ਹੰਦਾਵਾ ਜਾਂ ਨਹੀਂ ਆ ਜਾਂ ਕੁਝ ਬੰਦ ਹੋ ਗਿਆ ਜਾਂ ਸਮਥਿੰਗ ਲਾਈਕ 댓 ਆ ਇਦਾਂ ਦਾ ਕੁਝ ਨਹੀਂ ਆ ਅੱਜ ਵੀ ਪੁਰਤਗਾਲ ਖੁੱਲਾ ਦੇ ਪੁਰਤਗਾਲ ਹੋ ਸਕਦਾ ਆਨਲਾਈਨ ਟਾਈਮ 'ਚ ਖੁੱਲਾ ਰਵੇ ਠੀਕ ਆ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਪੇਪਰ ਮਿਲਣ ਤੇ ਮਿਲਦੇ ਜਾ ਰਹੇ ਆ ਠੀਕ ਆ ਜੀ ਸੋ ਇਹ ਪੁਰਤਗਾਲ ਦੇ ਵਿੱਚ ਅੱਜਕੱਲ ਮੌਜੂਦਾ ਹਾਲਾਤ ਇਹੀ ਆ ਠੀਕ ਆ ਜੀ ਤੁਹਾਡੀ ਅੱਗੇ ਗੱਲ ਕਰਦੇ ਆਪਾਂ ਕੰਮਾਂ ਦੀ ਕੰਮਾਂ ਦੇ ਹਾਲਾਤ ਕਿੱਦਾਂ ਦੇ ਆ ਇਸ ਟਾਈਮ ਕਿੱਦਾਂ ਦੇ ਆ ਜਿਹੜਾ 2021 ਚੱਲ ਰਿਹਾ ਵਾ ਮਈ ਮਹੀਨਾ ਕੰਮਾਂ ਦੇ ਹਾਲਾਤ ਇਹੀ ਆ ਕਿ ਕੰਮਾਂ ਦੇ ਹਾਲਾਤ ਜਿਵੇਂ ਪਹਿਲਾਂ ਸੀ ਉਦਾਂ ਹੀ ਆ ਕੰਮਾਂ ਦਾ ਸੀਜ਼ਨ ਚੱਲ ਰਿਹਾ ਵਾ ਹੁਣ ਠੀਕ ਆ ਫਰੂਟਸ ਦਾ ਤੇ ਸਬਜ਼ੀਆਂ ਦਾ ਸੀਜ਼ਨ ਚੱਲ ਰਿਹਾ ਤੇ ਕੰਮ ਮਿਲ ਵੀ ਜਾਂਦਾ ਇਹ ਨਹੀਂ ਗੱਲ ਹੈ ਕਿ ਨਹੀਂ ਮਿਲਦਾ ਸੋ ਮੈਂ ਇੱਥੇ ਬੈਠ ਕੇ ਕਿਸੇ ਨੂੰ ਇਹ ਨਹੀਂ ਕਹਿਣ ਲੱਗਾ ਕਿ ਕੰਮ ਨਹੀਂ ਮਿਲਦਾ ਕਿਸੇ ਨੂੰ ਪਹਿਲਾਂ ਹੀ 네ਗੇਟਿਵ ਕਰ ਦੇਣਾ ਉਹ ਬਹੁਤ ਗਲਤ ਗੱਲ ਹੁੰਦੀ ਆ ਸੋ ਕੰਮ ਮਿਲ ਜਾਂਦਾ ਵਾ ਠੀਕ ਆ ਇਹ ਨਹੀਂ ਗੱਲ ਹੈਗੀ ਪਰ ਪੈਸੇ ਕਿੰਨੇ ਕ ਮਿਲਦੇ ਆ ਉਹ ਤੁਹਾਨੂੰ ਖੁਦ ਆਣ ਕੇ ਹੀ ਪਤਾ ਲੱਗੂਗਾ ਠੀਕ ਆ ਜੀ ਪਹਿਲਾਂ ਹੀ ਡਰਾ ਦਿੱਤਾ ਜਾਵੇ ਕਿਉਂਕਿ ਬਹੁਤ ਸਾਰੇ ਲੋਕੇ ਦਾ ਕਰਦੇ ਆ ਕਿ ਬੰਦੇ ਨੂੰ ਪਹਿਲਾਂ ਹੀ ਡਰਾ ਦਿੰਦੇ ਆ ਕਿ ਇੱਥੇ ਤਾਂ ਕੁਝ ਨਹੀਂ ਫਾਇਦਾ ਹਾਲਾਂਕਿ ਬੈਠੇ ਹੋਈ ਇੱਥੇ ਹੁੰਦੇ ਆ ਠੀਕ ਆ ਐਗਜ਼ਾਮਪਲ ਦੇ ਤੌਰ ਤੇ ਮੈਨੂੰ ਫੋਨ ਲਾ ਕੇ ਕਵੇ ਬਾਈ ਕਿੰਦਾ ਕੀ ਹਾਲਾਤ ਆ ਕੀ ਹਿਸਾਬ ਦਾ ਬਾ ਜੀ ਯੂਰਪ ਵਗੈਰਾ ਮੈਂ ਉਹਨੂੰ ਕਵਾਂ ਠੀਕ ਆ ਐਕਸਪੀਰੀਅੰਸ ਦੇ ਹਿਸਾਬ ਨਾਲ ਕਵਾਂ ਬਾਈ ਤੂੰ ਨਾ ਇੱਥੇ ਤਾਂ ਕੋਈ ਫਾਇਦਾ ਨਹੀਂ ਇੱਥੇ ਨਹੀਂ ਇੱਥੇ ਤਾਂ ਯਾਰ ਸਭ ਕੁਝ ਬੇਕਾਰ ਆ ਜਾਂ ਹਾਂ ਹੁੰਦੀਆਂ ਮੁਸੀਬਤਾਂ ਮੁਸ਼ ਇਹ ਚੀਜ਼ ਨਹੀਂ ਹੈਗੀ ਕਿ ਤੁਸੇ ਨੂੰ ਕਿਸ ਮਸੀਬਤਾਂ ਮੁਸ਼ਕਲਾਂ ਆਉਂਦੀਆਂ ਤੇ ਤੁਸੀਂ ਕਿਸੇ ਨੂੰ ਡਰਾਈ ਦਿਓ ਇਦਾਂ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਕੰਮਕਾਰ ਹੈਗਾ ਕੰਮ ਕਰਦੇ ਹਾਲਾਤ ਵੀ ਠੀਕ ਆ ਸੋ ਤੁਸੀਂ ਮੇਰਾ ਭਰਾ ਇਹੋ ਜੀਆਂ ਚੀਜ਼ਾਂ ਤੋਂ ਡਰਨ ਦੀ ਲੋੜ ਕੋਈ ਨਹੀਂ ਹੈਗੀ ਠੀਕ ਆ ਜੀ ਸੋ ਹਾਂਜੀ ਅੱਗੇ ਗੱਲ ਕਰਦੇ ਆਪਾਂ ਮੇਨ ਮੇਨ ਜਿਹੜਾ ਟੌਪਿਕ ਆਪਣਾ ਹੈ ਕਿ ਠੱਗੀ ਕਿੱਦਾਂ ਵਜਦੀ ਆ ਸੋ ਪੁਰਤਗਾਲ ਦੇ ਨਾਂ ਤੇ ਬਹੁਤ ਜ਼ਿਆਦਾ ਠੱਗੀ ਵਜਦੀ ਪਈ ਅੱਜਕੱਲ ਦੇ ਟਾਈਮ 'ਚ ਲੋਕ 12-12 15-15 ਲੱਖ ਰੁਪਈਆ ਮੰਗ ਰਹੇ ਆ ਏਜੰਟ ਮੰਗ ਰਹੇ ਆ ਸੋ ਮੈਂ ਕੋਈ ਏਜੰਟ ਨੂੰ ਪ੍ਰਮੋਟ ਨਹੀਂ ਕਰਦਾ ਨਾ ਹੀ ਕਦੇ ਕੀਤਾ ਮੈਂ ਯਪਾ ਏਜੰਟ ਹੈਗੇ ਆ ਠੀਕ ਹੈ ਜੀ ਸੋ ਮੇਰਾ ਭਰਾ ਇਹ ਚੀਜ਼ਾਂ ਦਾ ਜਰੂਰ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਕਿਸੇ ਬੰਦੇ ਨੂੰ ਪੈਸੇ ਦੇਣੇ ਆ ਪਹਿਲੀ ਗੱਲ ਤਾਂ ਮੈਂ ਸੁਜੈਸਟ ਕਰੂੰਗਾ ਕਿ 12-15 ਲੱਖ ਰੁਪਏ ਲਾ ਕੇ ਤੁਸੀਂ ਨਾ ਆਓ ਟਰੈਕਟ ਪੁਰਤਗਾਲ ਦਾ ਨਾਂ ਦਾ ਵਰਕ ਵੀਜ਼ਾ ਲੱਗਦਾ ਤੇ ਅੱਜ ਕੱਲ ਦੇ ਟਾਈਮ ਟੂਰਿਸਟ ਵੀਜ਼ਾ ਵੀ ਥੋੜਾ ਜਿਹਾ ਘਟਾਇਆ ਵਾ ਹੋ ਸਕਦਾ ਆਨਲਾਈਨ ਟਾਈਮ 'ਚ ਵਧਾ ਦਈਏ ਕਰੋਨਾ ਕਰਕੇ ਤੁਹਾਨੂੰ ਪਤਾ ਹੀ ਆ ਕਿ ਹਾਲਾਤ ਕਿਦਾਂ ਦੇ ਚੱਲ ਰਹੇ ਆ ਠੀਕ ਆ ਸੋ ਇਸ ਗੱਲ ਦਾ ਜਰੂਰ ਧਿਆਨ ਰੱਖੋ ਕਿ 14-15 ਲੱਖ ਰੁਪਏ ਲਾ ਕੇ ਤੁਸੀਂ ਨਾ ਆਓ ਠੀਕ ਆ ਸੁਆਣ ਕੇ ਜੇ ਕੰਮ ਵਗੈਰਾ ਵਿੱਚ ਮੁਸ਼ਕਲ ਆਵੇ ਕੰਮਕਾਰ ਦੇ ਵਿੱਚ ਮੁਸ਼ਕਲ ਆਵੇ ਤਾਂ ਬੰਦੇ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀ ਆ ਸੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਨਾ ਹੀ ਆਓ ਆਓ ਪਰ ਹੋਰ ਬਹੁਤ ਸਾਰੇ ਵੇ ਹੈਗਾ ਤੁਸੀਂ ਬਹੁਤ ਸਾਰੀਆਂ ਕੰਟਰੀਆਂ ਜਿਵੇਂ ਕਿ ਮਾਲਟਾ ਪੋਲੈਂਡ ਇਹ ਕੰਟਰੀਆਂ ਵਰਕ ਵੀਜ਼ਾ ਦੇ ਦਿੰਦੀਆਂ ਇਸ ਕੰਟਰੀਆਂ ਚ ਆਓ ਇੱਥੋਂ ਆਣ ਕੇ ਤੁਸੀਂ ਡਾਇਰੈਕਟ ਆਓ ਸੋ ਠੱਗੀ ਵਜਦੀ ਹੈ ਇਸ ਤਰ੍ਹਾਂ ਕਿ ਬਹੁਤ ਸਾਰੇ ਏਜੰਟ ਇਹ ਕਹਿ ਕੇ ਵੇਚ ਦਿੰਦੇ ਆ ਕਿ ਪੁਰਤਗਾਲ ਦਾ ਡਾਇਰੈਕਟ ਵੀਜ਼ਾ ਵਰਕ ਵੀਜ਼ਾ ਲਗਵਾਉਣਾ ਵਾ ਬਹੁਤ ਸਾਰੇ ਦੁਬਈ ਤੋਂ ਬੰਦਿਆਂ ਦੇ ਮੈਸੇਜਸ ਦੇ ਮੈਸੇਜ ਆਉਂਦੇ ਹੁੰਦੇ ਆ ਕਾਲਸ ਵੀ ਆਉ ਦਬਈ ਤੋਂ ਕੋਈ ਵਰਕ ਵੀਜ਼ਾ ਲਵਾ ਕੇ ਦੇ ਰਿਹਾ ਕੋਈ ਕੰਪਨੀ ਜਾਂ ਇਦਾਂ ਕੁਝ ਵੀ ਆ ਸੋ ਇਦਾਂ ਦਾ ਕੁਝ ਵੀ ਨਹੀਂ ਹੈਗਾ ਡਾਇਰੈਕਟ ਪੁਰਤਗਾਲ ਦਾ ਵਰਕ ਵੀਜ਼ਾ ਨਹੀਂ ਲੱਗਦਾ ਜੀ ਠੀਕ ਹੈ ਜੀ ਲੱਗਦਾ ਉਹ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਬੰਦੇ ਸਕਿਲਡ ਬੰਦਿਆਂ ਦਾ ਲੱਗਦਾ ਵਾ ਕੋਈ ਖੇਤੀ ਦੇ ਨਾਂ ਤੇ ਵੀ ਵਰਕ ਵੀਜ਼ਾ ਲਵਾ ਰਿਆ ਵੀ ਖੇਤੀ ਦਾ ਵੀਜ਼ਾ ਲਵਾਉਣਾ ਹਾਲਾਂਕਿ ਇਸ ਚੀਜ਼ 'ਚ ਜਿਹੜੇ ਬੰਦੇ ਨੂੰ ਨਹੀਂ ਪਤਾ ਉਹਦੇ ਲਈ ਤਾਂ ਇਹ ਚੀਜ਼ ਠੱਗੀ ਠੱਗੀ ਆ ਠੀਕ ਹੈ ਜੀ ਸੋ ਕਿੰਦਾ ਜ਼ਿਆਦਾ ਠੱਗੀ ਵਾਈਦੀ ਆ ਕਿ ਤੁਹਾਨੂੰ ਗਰੀਸ ਦਾ ਵੀਜ਼ਾ ਲਵਾ ਕੇ ਦੇ ਦਿੰਦੇ ਆ ਕੋਈ ਪੋਲੈਂਡ ਦਾ ਲਵਾ ਦਿੰਦਾ ਕੋਈ ਮਾਲਟਾ ਦਾ ਲਵਾ ਦਿੰਦਾ ਕੋਈ ਹੰਗਰੀ ਦਲਵਾ ਦਿੰਦਾ ਕੋਈ ਜਿਹੜੀਆਂ ਸ਼ੈਨੇਗਰਡ ਦੀਆਂ ਛੋਟੀਆਂ ਕੰਟਰੀਆਂ ਜਿੱਥੇ ਈਜ਼ੀ ਵੀਜ਼ਾ ਮਿਲ ਜਾਂਦਾ ਜ਼ਿਆਦਾਤਰ ਗ੍ਰੀਸ ਤੇ ਮਾਲਟਾ ਦਾ ਵੀਜ਼ਾ ਲਵਾ ਕੇ ਦਿੰਦੇ ਆ ਏਜੰਟ ਉੱਥੋਂ ਤੁਹਾਨੂੰ ਟਰੈਵਲ ਕਰਾ ਕੇ ਗਾਂ ਕਹਿ ਦਿੰਦੇ ਆ ਕਿ ਪੋਲਡ ਦਾ ਵੀਜ਼ਾ ਲਵਾਤਾ ਤੁਹਾਨੂੰ ਠੀਕ ਆ ਜੀ ਪਰ ਇਦਾਂ ਦਾ ਕੁਝ ਨਹੀਂ ਹੁੰਦਾ ਤੁਹਾਡਾ ਵੀਜ਼ਾ ਉਸੇ ਕੰਟਰੀ ਦਾ ਰਹਿੰਦਾ ਤੁਸੀਂ ਦੁਬਾਰਾ ਬਾਅਦ ਵਿੱਚ ਪੁਰਤਗਾਲ ਦੇ ਵਿੱਚ ਆ ਕੇ ਪੇਪਰ ਅਪਲਾਈ ਕਰਦੇ ਹੋ ਜਦੋਂ ਤੁਸੀਂ ਪੇਪਰ ਅਪਲਾਈ ਕਰ ਦਿੰਦੇ ਹੋ ਤਾਂ ਤੁਹਾਡੇ ਕੋਲ ਲੀਗਲ ਰਾਈਟ ਹੁੰਦਾ ਕਿ ਤੁਸੀਂ ਕੰਮ ਕਰੋ ਠੀਕ ਆ ਤੇ ਉਸੇ ਕੰਮ ਨੂੰ ਉਹ ਵਰਕ ਵੀਜ਼ੇ ਦਾ ਨਾਮ ਦੇ ਦਿੰਦੇ ਆ ਸੋ ਇਹੋ ਜਿਹੀਆਂ ਚੀਜ਼ਾਂ ਹੋਬਾ ਮੈਂ ਤੁਹਾਨੂੰ ਕਾਫੀ ਜ਼ਿਆਦਾ ਤੜੀਆਂ ਡਾਊਨਸ ਕਲੀਅਰ ਕਰਦੇ ਹੋਣੇ ਆ। ਸੋ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਨਲਾਈਨ ਟਾਈਮ 'ਚ ਤੁਹਾਨੂੰ ਦੱਸਾਂਗੇ ਕਿ ਪੁਰਤਗਾਲ ਦੇ ਵਿੱਚ ਆਉਣ ਤੋਂ ਬਾਅਦ ਕਿਦਾਂ ਠਗੀ ਵਾਈਦੀ ਆ। ਸੋ ਮੇਰੇ ਭਰਾ ਉਹ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮੇਰਾ ਵੀਰ ਠੀਕ ਆ। ਸੋ ਵੀਡੀਓ ਜੇ ਕੋਈ ਬੋਲਿਆ ਮੇਰੇ ਤੋਂ ਗਲਤ ਬੋਲਿਆਗਾ ਵਿਦ ਆਉਦਰੀ ਸੌਰੀ ਆ। ਬਾਕੀ ਤਤਲੇ ਜੀ ਆਪਣਾ ਖਿਆਲ ਰੱਖੋ ਆਪਣੇ ਪਰਿਵਾਰ ਦਾ ਖਿਆਲ ਰੱਖੋ ਠੀਕ ਆ। ਬਾਹਰੋਂ ਦਾ ਆਉਂਦੇ ਜਾਂਦੇ ਕਰੋਨਾ ਜ਼ਰੂਰ ਧਿਆਨ ਦਿਓ ਠੀਕ ਆ। ਵਾਹਿਗੁਰੂ ਕੀ ਅਰ ਜਲਦੀ ਤੋਂ ਜਲਦੀ ਦੂਰ ਚਲੇ ਜਾਵੇ ਸੋ ਆਪਣਾ ਖਿਆਲ ਰੱਖੋ ਸਾਰਿਆਂ ਦਾ ਖਿਆਲ ਰੱਖੋ ਤਦ ਤੱਕ ਲਈਏ ਜੀ ਸਸਰੀ ਕਾਲ ਰਾਮ ਰਾਮ ਅੱਲਾ ਫਿਸ